Uus! 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 Oi, oi, Loli! Loli, Loli! नमस्कार दर्शकों, मैं किरण वशिष्ठ लैके हाजिर हाँ। करंट इशू तो करंट इशू जी गल करते हैं कि 19 मई चोण प्रक्रिया का दिन जिहड़ा हैगा चल रहा है, तो चारों पासे चोणां जिहड़ियां हैगियां ने शांतमय तरीके नाल हो रही हैं, तो वोट पाउण वाले लोगों के उत्साह देखने को मिल रहा है। रुख करते हैं चंडीगढ़ का कि चंडीगढ़ के वोट प्रक्रिया किस तरह चल रही है, तो वोट पाउण वास्ते किहड़े-किहड़े कैंडीडेट किहड़े-किहड़े वड्डे लीडर पहुँचे। विनोद शर्मा जी, चंडीगढ़ का हाल दसो कि चंडीगढ़ दे विच वोट प्रक्रिया किस तरह चल रही है। जी, चंडीगढ़ च जिहड़ी वोट प्रक्रिया है वह बड़ी शांतिपूर्वक चल रही है। हुणी थोड़ी देर पहला श्री पवन कुमार बंसल जिहड़े कांग्रेस के कैंडीडेट ने चंडीगढ़ तो उन्होंने वोट पाई है। उस तो बाद किरण खेर जिहड़ी भाजपा की कैंडीडेट है और चंडीगढ़ तो MP रही है और इस वक्त भी MP है, उन्होंने भी अपना वोट पाया। चंडीगढ़ च तकरीबन देखा जाए तो वोट जड़े हैं शांतिपूर्वक पाए जा रहे हैं। इस वक्त जड़ी सूचना है वो 26% तक जड़ी वोटिंग है चंडीगढ़ विच हो गई है। जी जी जी, एक कुछ तस्वीरां सामने आ रही हैं जिदे विच किरण खेर चलते चलते लड़खड़ा जाते हैं, वो की कारण रहा जी? इस तरह सीगा, उन्होंने जड़ा ध्यान सीगा ਉਹ ਮੀਡੀਆ ਔਰ ਜਿਹੜੇ ਸਾਈਡ ਤੇ ਪਬਲਿਕ ਖੜੀ ਹੋਈ ਸੀਗੀ ਉਹਨਾਂ ਦਾ ਅਭਿਨੰਦਨ ਕਰ ਰਹੀ ਸੀਗੀ, ਲੇਕਿਨ ਨੀਚੇ ਸੜਕ ਥੋੜੀ ਜਿਹੀ ਉੱਪੜ ਖਾਬੜ ਸੀਗੀ ਜਿੱਥੇ ਉਹਨਾਂ ਦਾ ਪੈਰ ਸਲਿਪ ਹੋ ਗਿਆ, ਨੀਚੇ ਗਿਰ ਗਈ ਤੇ ਉਸ ਤੋਂ ਬਾਅਦ ਲੋਕਾਂ ਨੇ ਉਹਨਾਂ ਨੂੰ ਚੱਕਿਆ ਜੀ। ਸੋ ਧਿਆਨ ਇੱਧਰ ਉੱਧਰ ਹੋਣ ਕਰਕੇ MP ਸਾਹਿਬਾ ਗਿਰ ਗਏ, ਲੇਕਿਨ ਤਸਵੀਰਾਂ ਵਿੱਚ ਇਹ ਵੀ ਕਹਿ ਰਹੇ ਨੇ ਕਿ ਸ਼ੂਟ ਨਾ ਕਰੋ, ਆਖਿਰ ਕੈਮਰੇ ਚੱਲ ਰਹੇ ਸਨ ਤੇ ਤਸਵੀਰਾਂ ਵਾਇਰਲ ਹੋ ਗਈਆਂ ਨੇ। ਜੇਕਰ ਗੱਲ ਕਰੀਏ ਕਿ ਕਿਰਨ ਖੇਰ ਦੇ ਨਾਲ ਅਨੁਪਮ ਖੇਰ ਜੀ ਵੀ ਦਿਖਾਈ ਦੇ ਰਹੇ ਆ, ਉਹਨਾਂ ਦਾ ਕੀ ਕਹਿਣਾ ਸੀਗਾ, ਉਹਨਾਂ ਦੀ ਵੋਟ ਚੰਡੀਗੜ੍ਹ ਦੀ ਹੈ ਜਾਂ ਵੈਸੇ ਨਾਲ ਆਏ ਸੀਗੇ? ਚੰਡੀਗੜ੍ਹ ਵੈਸੇ ਕਿਰਨ ਖੇਰ ਦੇ ਨਾਲ ਸੀਗੇ ਉਹਨਾਂ ਦਾ, ਲੇਕਿਨ ਮੀਡੀਆ ਨੂੰ ਕਰਮੀਆਂ ਨੂੰ ਕਹਿਣਾ ਸੀਗਾ ਕਿ ਇੱਕ ਵਾਰ ਫਿਰ ਕਿਰਨ ਖੇਰ ਚੰਡੀਗੜ੍ਹ ਤੋਂ ਵਿਜੇ ਹੋਏਗੀ, ਜਨਤਾ ਉਹਨਾਂ ਨੂੰ ਬੜਾ ਪਿਆਰ ਕਰਦੀ ਹੈ, ਇਸ ਲਈ ਜਨਤਾ ਉਹਨਾਂ ਨੂੰ ਨਿਰਾਸ਼ ਨਹੀਂ ਕਰੇਗੀ। ਮੈਂ ਇੱਕ ਤੁਹਾਨੂੰ ਅਹਿਮ ਜਾਣਕਾਰੀ ਇੱਥੇ ਦੀ ਦੇ ਦੇਣਾ ਚਾਹੁੰਦਾ, ਚੁਣਾਵ ਆਯੋਗ ਨੇ ਇਸ ਵਕਤ ਜਿਹੜੇ ਪ੍ਰਬੰਧ ਹੈ ਬੜੇ ਚੰਗੇ ਕੀਤੇ ਹੋਏ ਹੈ ਚੰਡੀਗੜ੍ਹ ਦੇ ਵਿੱਚ। 3 ਪੋਲਿੰਗ ਬੂਥ ਜਿਹੜੇ ਹੈ ਉੱਥੇ ਸਿਰਫ ਮਹਿਲਾ ਕਰਮਚਾਰੀ ਹੀ ਹੈ ਜਿਹੜਾ ਉਹ ਪੋਲਿੰਗ ਬੂਥ ਦਾ ਦੇਖ ਰੇਖ ਕਰ ਰਹੀ ਹੈ, ਉੱਥੇ ਮਹਿਲਾ ਕਰਮਚਾਰੀ ਹੈ। ਉਹ ਚੰਡੀਗੜ੍ਹ ਦੇ ਵਿੱਚ 36 ਉਮੀਦਵਾਰ ਜਿਹੜੇ ਚੁਣਾਵ ਮੈਦਾਨ ਦੇ ਵਿੱਚ ਹੈਗੇ ਹੈ, 597 ਜਿਹੜੇ ਪੋਲਿੰਗ ਸਟੇਸ਼ਨ ਬਣਾਏ ਗਏ ਹੈ, ਜਿਹੜੇ ਲੋਕਾਂ ਦੀ ਜਿਹੜੇ ਜਿਨ੍ਹਾਂ ਨੇ ਇੱਥੇ ਵੋਟ ਕਰਨੀ ਹੈ ਉਹਦੀ ਜਿਹੜੀ ਸੰਖਿਆ ਹੈ 6,86,000 ਦੇ ਕਰੀਬ ਜਿਹੜੇ ਵੋਟਰਸ ਹੈ ਜਿਹੜੇ ਅੱਜ ਆਪਣਾ ਵੋਟ ਦਾ ਇਸਤੇਮਾਲ ਕਰਨਗੇ। ਤੇ ਪੁਲਿਸ SSP ਚੰਡੀਗੜ੍ਹ ਨੇ ਕਿਹਾ ਸੀਗਾ ਕਿ ਜਿਹੜੇ ਉਰੇ ਦੇ 230 ਸੈਂਸਿਟਿਵ ਬੂਥ ਹੈਗੇ ਹੈ ਉੱਥੇ ਸਪੈਸ਼ਲ CRPF ਦੇ ਨਾਲ ਪੁਲਿਸ ਵੀ ਤੈਨਾਤ ਰਹੇਗੀ, ਲੇਕਿਨ ਕਿਹਾ ਜਾ ਸਕਦਾ ਚੁਣਾਵ ਆਯੋਗ ਨੇ ਜਿਹੜਾ ਚੰਡੀਗੜ੍ਹ ਦੇ ਵਿੱਚ ਚੁਣਾਵ ਕਰਾਉਣ ਦੀ ਜਿਹੜਾ ਇੱਕ ਅਭਿਆਨ ਛੇੜਿਆ ਸੀਗਾ ਉਹ ਵਾਕਈ ਚ ਸਫਲ ਆਇਆ ਔਰ ਸ਼ਾਂਤੀਪੂਰਵਕ ਹੋਇਆ। ਜੇਕਰ ਗੱਲ ਕਰੇ ਕਿ ਹੁਣ ਤੱਕ ਕਿੰਨੇ ਪਰਸੈਂਟ ਵੋਟਿੰਗ ਪੈ ਚੁੱਕੀ ਹੋਈ ਜੀ, ਹੁਣ ਤੱਕ ਦੀ ਗੱਲ ਕਰੀਏ ਤੇ 26% ਜਿਹੜੇ ਹੈ ਵੋਟ ਪੈ ਚੁੱਕੀ ਹੈ, ਜਿਨ੍ਹਾਂ ਦੇ ਵਿੱਚ ਹਜ਼ਾਰਾਂ ਦੀ ਸੰਖਿਆ ਵਿੱਚ ਉਹ ਵੀ ਬੱਚੇ ਸੀਗੇ ਜਿਹੜੇ ਇਸ ਵਾਰ ਪਹਿਲੀ ਵਾਰ ਚੰਡੀਗੜ੍ਹ ਦੇ ਵੋਟ ਦੇ ਵਿੱਚ ਹਿੱਸਾ ਲਿਆ, ਜਿਹੜੇ ਫਸਟ ਵੋਟਰ ਸੀਗੇ। ਹਾਂਜੀ, ਜਿਹੜੇ ਫਸਟ ਵੋਟਰ ਸੀਗੇ ਉਹਨਾਂ ਦਾ ਉਤਸ਼ਾਹ ਕਿਦਾਂ ਦਾ ਸੀਗਾ ਜੀ? ਉਹਨਾਂ ਦਾ ਕਹਿਣਾ ਸੀਗਾ ਕਿ ਸਾਨੂੰ ਇਸ ਵਾਰ ਪਹਿਲੀ ਵਾਰ ਵੋਟ ਦੇ ਰਹੇ ਹਾਂ ਤੇ ਸਾਨੂੰ ਇਹ ਅਹਿਸਾਸ ਹੋ ਰਿਹਾ ਹੈ ਕਿ ਅਸੀਂ ਵੀ ਅੱਛੀ ਸਰਕਾਰ ਚੁਣਨ ਵਿੱਚ ਅਹਿਮ ਰੋਲ ਅਦਾ ਕਰ ਰਹੇ ਹਾਂ ਜੀ। ਜੀ, ਵਿਨੋਦ ਸ਼ਰਮਾ ਜੀ, ਅਗਰ ਗੱਲ ਕਰੀਏ ਕਿ ਚੰਡੀਗੜ੍ਹ ਦੇ ਤੁਸੀਂ ਇੰਤਜ਼ਾਮ ਦੀ ਗੱਲ ਕੀਤੀ ਹੈ, ਪ੍ਰਸ਼ਾਸਨ ਦੀ ਗੱਲ ਕੀਤੀ ਹੈ, ਚੋਣ ਆਯੋਗ ਦੀ ਗੱਲ ਕੀਤੀ ਹੈ ਕਿ ਵਧੀਆ ਤਰੀਕੇ ਨਾਲ ਨਿਬੇੜੇ ਚੜ ਰਿਹਾ, ਗੱਲ ਕਰੀਏ ਕਿ ਇੰਨੀ ਗਰਮੀ ਹੋਣ ਦੇ ਬਾਵਜੂਦ ਲੋਕਾਂ ਦੀ ਜਿਹੜੀ ਪਰਸੈਂਟੇਜ ਦੱਸੀ ਤੁਸੀਂ 26% ਹੋਈ ਹੈ, ਤੇ ਤੁਹਾਨੂੰ ਲੱਗ ਰਿਹਾ ਕਿ 80% ਤੋਂ ਉੱਪਰ ਵੋਟਿੰਗ ਹੋ ਜਾਏਗੀ ਸ਼ਾਮ ਤੱਕ? ਆਪਾਂ ਜਿਵੇਂ 2014 ਦੇ ਵਿੱਚ 2014 ਦੇ ਵਿੱਚ 73% ਜਿਹੜੀ ਚੰਡੀਗੜ੍ਹ ਚ ਵੋਟ ਹੋਈ ਸੀਗੀ, ਹੁਣ ਵੀ ਅਸੀਂ ਅੰਦਾਜ਼ਾ ਇਹੀ ਲਗਾ ਰਹੇ ਹਾਂ ਕਿ ਇਸ ਤੋਂ ਵੱਧ ਹੋਏਗੀ ਜਦੀ ਆਪਾਂ ਜਨਤਾ ਦਾ ਰੁਖ ਜਨਤਾ ਵੱਲ ਦੇਖ ਕੇ ਚੱਲੀਏ ਤੇ ਕਿਹਾ ਜਾ ਸਕਦਾ 75% ਤੋਂ 80% ਵੋਟ ਹੈ ਜਿਹੜੀ ਚੰਡੀਗੜ੍ਹ ਤੋਂ ਹੋਏਗੀ। ਸੋ ਇਸੇ ਤਰ੍ਹਾਂ ਤੁਸੀਂ ਨਜ਼ਰ ਬਣਾਏ ਰੱਖਣਾ, ਅਸੀਂ ਤੁਹਾਡੇ ਸੰਪਰਕ ਵਿੱਚ ਫਿਰ ਤੋਂ ਆਵਾਂਗੇ ਜਾਣਕਾਰੀ ਦੇਣ ਲਈ। ਵਿਨੋਦ ਸ਼ਰਮਾ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
ਸੋ ਇਸ ਮੌਕੇ ਦੇ ਉੱਪਰ ਪਵਨ ਬਾਂਸਲ ਜੀ ਨੇ ਜੋ ਗੱਲਬਾਤ ਕੀਤੀ ਤੁਸੀਂ ਉਹ ਵੀ ਸੁਣੋ, ਤਸਵੀਰਾਂ ਤੁਸੀਂ ਦੇਖ ਹੀ ਰਹੇ ਹੋ। ਸੋ ਚੰਡੀਗੜ੍ਹ ਤੋਂ ਵਿਨੋਦ ਸ਼ਰਮਾ ਜੀ ਸਾਨੂੰ ਜਾਣਕਾਰੀ ਦੇ ਰਹੇ ਸਨ ਕਿ ਕਿਸ ਤਰ੍ਹਾਂ ਦਾ ਰੁਝਾਨ ਹੈ ਲੋਕਾਂ ਦਾ ਵੋਟਾਂ ਨੂੰ ਲੈ ਕੇ, ਅਤੇ ਲੋਕ ਵੋਟਾਂ ਪਾਉਣ ਲਈ ਭਾਰੀ ਗਿਣਤੀ ਵਿੱਚ ਪਹੁੰਚ ਰਹੇ ਨੇ। 26% ਤੋਂ ਉੱਪਰ ਵੋਟ ਪੈ ਚੁੱਕੀ ਹੈ ਅਤੇ ਉਮੀਦ ਹੈ ਕਿ 73% ਤੋਂ ਉੱਪਰ ਵੋਟ ਪਏਗੀ ਚੰਡੀਗੜ੍ਹ ਦੇ ਵਿੱਚ। ਇੰਤਜ਼ਾਮ ਦੀ ਅਗਰ ਗੱਲ ਕੀਤੀ ਜਾਵੇ ਤਾਂ ਚੰਡੀਗੜ੍ਹ ਦੇ ਵਿੱਚ ਖਾਸ ਤੌਰ ਦੇ ਉੱਪਰ 3 ਪੋਲਿੰਗ ਬੂਥ ਇਸ ਤਰ੍ਹਾਂ ਦੇ ਨੇ ਜਿੱਥੇ ਸਿਰਫ ਮਹਿਲਾਵਾਂ ਹੀ ਵੋਟ ਪਵਾ ਰਹੀਆਂ ਨੇ। ਸੋ ਵਧੀਆ ਇੰਤਜ਼ਾਮ ਨੇ ਚੋਣ ਆਯੋਗ ਦੇ, ਅਤੇ ਚੋਣ ਆਯੋਗ ਦੀ ਇਸ ਕਦਮ ਦੇ ਸ਼ਲਾਘਾ ਕੀਤੀ ਜਾ ਰਹੀ ਹੈ। ਸੋ ਇਸ ਤਰ੍ਹਾਂ ਦੇਖਦੇ ਰਹੋ ਕਰੰਟ ਇਸ਼ੂ 'ਤੇ, ਦੇਖਦੇ ਰਹਿਣਾ ਇਹ ਹੁਣ ਪੰਜਾਬੀ ਨਿਡਰ ਨਿਰਪੱਖ 'ਤੇ ਨਵੀਂ ਸੋਚ।